ਵੈਲਕਮ, ਗੁੱਡ ਮਾਰਨਿੰਗ, ਗੁੱਡ ਮਾਰਗਨ, ਨਮਸਤੇ, ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਮੈਂ ਆਇਆ ਵਾਂ ਕਾਸਲ, ਅਤੇ ਇੱਕ BMW ਦੀ GS 310 ਜਿਹੜੀ ਉਹਦੀ ਅੱਜ ਪ੍ਰੋਬੇ ਵਾਸਤੇ ਉਹਨਾਂ ਨੇ ਟਰਮੀਨ ਕੀਤੀ ਹੈ, ਅਤੇ ਉਹ ਲੈਣ ਚੱਲਿਆ ਵਾਂ। ਅਤੇ ਮੈਂ ਚੱਲ ਨਾਲੇ ਵੀਡੀਓ ਬਣਾਉਂਦੇ ਹਾਂ ਕਿ ਕੈਸੀ BMW 310 GS, ਅਤੇ ਉਹ ਲੈ ਕੇ ਆਉਂਦੇ ਔਰ ਉਹਦੀ ਪ੍ਰੋਬੇ ਫਾਟ ਕਰਦੇ ਹਾਂ। ਅਤੇ ਇਹ ਹੁਣ ਮੈਂ ਕਾਸਲ ਤਕਰੀਬਨ ਉਹਨਾਂ ਦਾ ਪਹੁੰਚਣ ਵਾਲਾ ਵਾਂ BMW ਵਾਲਿਆਂ ਕੋਲ, ਅਤੇ ਫਿਰ ਵੇਖਦੇ ਹਾਂ ਕਿ ਕੀ ਕਹਿੰਦੇ ਨੇ ਉਹ ਔਰ ਕੈਸੀ ਹੈ। ਆ ਹੀ ਗਿਆ ਬਲਕਿ ਹੁਣ ਇੱਥੇ ਗੱਡੀ ਆਪਣਾ ਮੋਟਰਸਾਈਕਲ ਗੱਡੀ ਕਰਕੇ, ਅਤੇ ਫਿਰ ਉਹ ਜਿਹੜੇ ਨਾਲ ਲੈ ਕੇ ਜਾਵਾਂਗੇ। ਅਤੇ ਇਹ ਇਹਨਾਂ ਦਾ ਕਾਫੀ ਵੱਡਾ ਸ਼ੋਰੂਮ ਹੈ BMW ਵਾਲਿਆਂ ਦਾ। ਅਤੇ ਚਲੋ ਇੱਥੇ ਹੁਣ ਮੈਂ ਗੱਡੀ ਖੜੀ ਕਰਕੇ, ਅਤੇ ਫਿਰ ਜਿਹੜਾ ਨਾ ਜਾਂਦੇ ਹਾਂ, ਇਹਦੇ ਤੋਂ ਥੋੜ੍ਹੀ ਜਿਹੀ ਫਾਟ ਕਰਕੇ ਵੇਖਦੇ ਹਾਂ ਇਹਦੇ 'ਤੇ ਰਾਈਡ ਨਾ ਕਿੰਨੇ ਕੈਸਾ ਲਿਖਣ ਰਿਹਾ। ਹਾਲੇ ਤੱਕ ਤਾਂ ਜ਼ਬਰਦਸਤ ਲੱਗੀ ਹੈ, ਇੱਕ ਤਾਂ ਹਲਕੀ ਹੈ ਮੇਰੇ ਵਾਲੇ ਨਾਲ ਤਾਂ ਬਹੁਤ ਹਲਕੀ ਹੈ, ਲੇਕਿਨ ਇਹ ਕਿ ਇੱਕ ਚੀਜ਼ ਮੈਨੂੰ ਬਹੁਤ ਮਹਿਸੂਸ ਹੋ ਰਹੀ ਕਿ ਇਹਦੀ ਅਗਰ ਸਕਰੀਨ ਥੋੜ੍ਹੀ ਜਿਹੀ ਉੱਚੀ ਹੁੰਦੀ ਨਾ, ਤਾਂ ਫਿਰ ਇਹ ਕਿ ਇੰਨੀ ਹਵਾ ਨਹੀਂ ਸੀ ਲੱਗਣੀ। ਔਰ ਬੰਦਾ ਜਦੋਂ ਤੇਜ਼ ਜਾ ਰਿਹਾ ਹੁੰਦਾ ਤਾਂ ਇਹਦੇ 'ਚ ਜਿਹੜਾ ਨਾ ਹਵਾ ਕਾਫੀ ਲੱਗਦੀ ਹੈ ਅੱਗੇ, ਅਤੇ ਇਹਦੀ ਵਿੰਡ ਸਕਰੀਨ ਜਿਹੜੀ ਨਾ ਉਹ ਥੋੜ੍ਹੀ ਜਿਹੀ ਹੋਣੀ ਚਾਹੀਦੀ ਸੀ ਉੱਚੀ, ਲੇਕਿਨ ਉਹ ਤਾਂ ਚਲੋ ਆਫਟਰ ਮਾਰਕੀਟ ਵੀ ਬੰਦਾ ਲਾ ਲੈਂਦਾ। ਔਰ ਇਹ ਹੁਣ ਮੈਂ ਆਇਆ ਬੰਦੋ ਸਟਾਫ ਹੈ ਜਿਹੜਾ, ਇਹਦੇ ਚੱਲਣ ਨੂੰ ਤਾਂ ਬਹੁਤ ਜ਼ਬਰਦਸਤ ਆ ਔਰ ਹਲਕੀ ਵੀ ਹੈ ਔਰ ਸਹੀ ਚੱਲਦੀ ਪਈ ਹੈ। BMW 310 GS ਨੇ ਪ੍ਰੋਬੇ ਫਾਟ ਵਾਸਤੇ, ਅਤੇ ਮੈਂ ਤਕਰੀਬਨ 25 ਕਿਲੋਮੀਟਰ ਫਾਲ ਕੀਤਾ ਔਰ ਮੈਨੂੰ ਤਾਂ ਬਹੁਤ ਪਸੰਦ ਆਇਆ ਔਰ ਮੇਰਾ ਦਿਲ ਹੈ ਕਿ ਆਪਣਾ ਮੋਟਰਸਾਈਕਲ ਬਦਲ ਕੇ ਆਹ ਵਾਲਾ ਲੈ ਲਈ ਆ। ਅੱਛਾ, ਇਹਦਾ ਜਿਹੜਾ ਨਾ 6 ਗੇਅਰ ਨੇ ਔਰ ਇਹਦਾ ਜਿਹੜਾ ਵਜ਼ਨ ਹੈ ਤਕਰੀਬਨ 170 ਕਿਲੋ ਖਾਲੀ ਜਿਹੜਾ ਨਾ ਇਹਦਾ ਵਜ਼ਨ ਹੈ। ਔਰ ਇਹਦੀ ਜਿਹੜੀ ਸੀਟ ਹੈ ਉਹ ਤਕਰੀਬਨ ਜਿਹੜਾ 183 ਸੈਂਟੀਮੀਟਰ ਜਿਹੜੀ ਨਾ ਉੱਚੀ ਹੈ,
ਇਹ ਕਿ ਬੰਦਾ ਆਰਾਮ ਨਾਲ ਜਿਹੜਾ ਨਾ ਇਹਦੇ ਪੈਰ ਵੀ ਥੱਲੇ ਲੱਗ ਜਾਂਦੇ ਨੇ, ਔਰ ਇਹਦੇ ਇੰਜਨ ਦੀ ਪਾਵਰ ਜਿਹੜੀ ਉਹ 34 horse power ਜਿਹੜੀ ਨਾ ਹੈ, ਔਰ ਠੀਕ ਹੈ ਤੁਸੀਂ ਅਗਰ ਜਿਹੜਾ ਨਾ ਆਪਣੇ ਆਰਾਮ ਨਾਲ ਇਹਦੇ 'ਤੇ ਤੁਸੀਂ ਸਫ਼ਰ ਕਰ ਸਕਦੇ ਜੇ, ਔਰ ਉਹਦੇ 'ਤੇ ਹੈ ਕਿ ਬੰਦਾ ਥੱਕਦਾ ਨਹੀਂ ਹੈ, ਇਹ ਚੀਜ਼ ਬਹੁਤ ਅੱਛੀ ਹੈ ਇਹਦੇ ਲਈ। ਮੀਟਰ ਛੋਟਾ ਬਹੁਤ, ਲੇਕਿਨ ਇਹ ਕਿ ਠੀਕ ਹੈ ਜਿਹੜਾ ਨਾ। ਇਹਦੇ ਹੁਣ ਸਾਊਂਡ ਚੈੱਕ ਕਰ ਲੈਂਦੇ ਹਾਂ। ਹੁਣ ਇਹਦੇ 'ਤੇ ਜਦੋਂ ਬੈਠੋ ਤਾਂ ਇਹਦੇ ਮੇਰੇ ਲੱਤਾਂ ਜਿਹੜੀਆਂ ਨਾ ਪੂਰੀਆਂ ਪੂਰੀਆਂ ਤਕਰੀਬਨ ਪਹੁੰਚ ਜਾਂਦੀਆਂ ਨੇ, ਪੈਰ ਥੱਲੇ ਸਹੀ ਲੱਗ ਜਾਂਦੇ ਨੇ, ਔਰ ਇਹ ਕਿ ਬੰਦੇ ਨੂੰ ਇੱਡੀ ਕੋਈ ਪ੍ਰੋਬਲਮ ਨਹੀਂ ਹੁੰਦੀ। ਔਰ ਇਹਦੇ 'ਚ ਇੱਕ ਗੱਲ ਹੋਰ ਹੈ ਕਿ ਤੁਸੀਂ ਇਹਨੂੰ ਉੱਚਾ ਜਾਂ ਨੀਵਾਂ ਵੀ ਕਰ ਸਕਦੇ ਜੀ ਥੋੜ੍ਹਾ ਬਹੁਤ, ਤਕਰੀਬਨ 4-5 cm ਜਿਹੜਾ ਨਾ ਇਹਨੂੰ ਤੁਸੀਂ ਸੈਟਿੰਗ ਕਰ ਸਕਦੇ ਜੇ ਇਹਦੀ ਪੈਰਾਂ ਦੇ ਜਿਹੜਾ ਨਾ, ਅਗਰ ਤੁਸੀਂ ਥੋੜ੍ਹਾ ਜਿਹਾ ਕੱਦ ਛੋਟਾ ਤਾਂ ਤੁਹਾਡਾ ਇਹ ਜਿਹੜਾ ਇਹਦਾ ਤਾਂ ਤੁਸੀਂ ਇਹਨੂੰ ਥੋੜ੍ਹਾ ਜਿਹਾ ਥੱਲੇ ਵੀ ਕਰ ਸਕਦੇ ਜੇ। ਮੈਂ ਵਾਪਸ ਕਰਨ ਜਾ ਰਿਹਾ ਕਿਉਂਕਿ ਇਹਨਾਂ ਜਿਹੜਾ ਨਾ
ਟਾਈਮ ਵੀ ਹੋ ਰਿਹਾ ਇਹਨਾਂ ਦਾ ਹੁਣ ਵਾਪਸ ਕਰਨ ਦਾ, ਅਤੇ ਹੁਣ ਵਾਪਸ ਕਰਕੇ ਆਉਂਦਾ ਜਾ ਕੇ, ਹੁਣ ਦੁਬਾਰਾ ਫਿਰ ਮੈਂ ਕਾਸਲ ਜਾਵਾਂਗਾ ਔਰ ਵਾਪਸ ਦੇ ਕੇ ਆਉਂਦਾ। ਅਤੇ ਇਹਦਾ ਪ੍ਰਾਈਜ਼ ਜਿਹੜੇ ਨੇ ਉਹ ਤਕਰੀਬਨ ਇਸ ਟਾਈਮ ਮਾਰਕੀਟ ਦੇ ਵਿੱਚ 6,600 ਯੂਰੋ ਜਿਹੜਾ ਨਾ ਇਹਦੇ ਪ੍ਰਾਈਜ਼ ਨੇ। ਅਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਅਗਰ ਤੁਸੀਂ ਇਹਦੇ ਹੋਰ ਲਵਾਜ਼ਮਾਤ ਖਰੀਦਣੇ ਨੇ ਜਾਂ ਇਹਦਾ ਚੀਜ਼ਾਂ ਖਰੀਦਣੀਆਂ ਨੇ ਅਤੇ ਸਫ਼ਰ ਕਰਨ ਵਾਸਤੇ, ਅਤੇ ਇਹਦੇ 'ਤੇ ਤੁਹਾਨੂੰ ਕਮ ਸੇ ਕਮ ਮੈਨੂੰ ਲੱਗਦਾ ਕਿ 3,000 ਯੂਰੋ ਹੋਰ ਜਿਹੜਾ ਨਾ ਉੱਤੇ ਲੱਗ ਜਾਣਾ। ਅਤੇ ਇਹ ਜਾ ਪੈਣਾ ਤਕਰੀਬਨ 10,000 ਦੇ ਵਿੱਚ ਸਿੱਧਾ ਸਿੱਧਾ ਇਹਦਾ ਹਿਸਾਬ ਜਿਹੜਾ ਲੱਗਣਾ। ਔਰ ਇਹ ਤਕਰੀਬਨ ਇੰਨੇ 'ਚ ਹੀ ਪੈਣਾ 10,000 'ਚ। ਔਰ ਇਹਦੇ 'ਚ ਹੈ ਕਿ ਇੱਕ ਅੱਛਾ ਮੋਟਰਸਾਈਕਲ ਤੁਹਾਨੂੰ ਜਿਹੜਾ ਨਾ ਉਹ ਮਿਲ ਜਾਏਗਾ। ਕਾਸਲ ਪਹੁੰਚ ਗਿਆ ਮੈਂ, ਹੁਣ ਵਾਪਸ ਕਰਦੇ ਹਾਂ ਅਤੇ ਉਹਦੇ ਬਾਅਦ ਫਿਰ ਸੋਚ ਵਿਚਾਰ ਕਰਦੇ ਹਾਂ ਕਿ ਤਾਂ ਕੀ ਕਰਨਾ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਔਰ ਤੁਸੀਂ ਲਾਈਕ ਵੀ ਕਰੋਗੇ, ਸਬਸਕ੍ਰਾਈਬ ਵੀ ਕਰੋ ਅਤੇ ਅੱਗੇ ਸ਼ੇਅਰ ਵੀ ਕਰੋਗੇ ਔਰ ਆਪਣੇ ਮੁਫੀਦ ਮਸ਼ਵਰਿਆਂ ਨਾਲ ਮੈਨੂੰ ਮਸ਼ਵਰਿਆਂ ਨਾਲ ਦੱਸੋ ਕਿ ਵੀਡੀਓ ਮੇਰੀਆਂ ਕੈਸੀਆਂ ਜਾ ਰਹੀਆਂ ਨੇ। ਤਾਂ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਯਾਰ ਅੱਗੇ, ਤਾਂ ਕਿ ਮੇਰਾ ਚੈਨਲ ਜਿਹੜਾ ਨਾ ਅੱਗੇ ਥੋੜ੍ਹਾ ਜਿਹਾ ਕੋਈ ਵਧੇ ਔਰ ਸਬਸਕ੍ਰਾਈਬਰ ਥੋੜ੍ਹੇ ਜਿਹੇ ਵਧਣ। ਅੱਲਾ ਹਾਫਿਜ਼।